ਪੰਜਾਬ ਸਰਕਾਰ ਵੱਲੋਂ ਲਗਭਗ 2 ਸਾਲ ਪਹਿਲਾਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਕਾਰਡੀਓਲੋਜੀ ਡਿਪਾਰਟਮੈਂਟ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਕੈਟ ਲੈਬ ਲਗਾਈ ਗਈ। ਲੋਕਲ ਦਿਲ ਦੇ ਰੋਗਾਂ ਦੇ ਨਿਵਾਰਨ ਲਈ ਐਂਜੀਓਗ੍ਰਾਫੀ ਅਤੇ ਐਂਜੀਓਪਲਾਸਟੀ ਦੇ ਪ੍ਰੋਸੀਜਰ ਸ਼ੁਰੂ ਕੀਤੇ ਗਏ ਸਨ, ਪਰ ਕਾਰਡੀਓਲੋਜਿਸਟ ਅਤੇ ਸਟਾਫ ਦੀ ਕਮੀ ਕਾਰਨ ਇਹ ਕੈਟ ਲੈਬ ਕੁਝ ਦਿਨਾਂ ਬਾਅਦ ਹੀ ਬੰਦ ਹੋ ਗਈ, ਜਿਸ ਕਾਰਨ ਰੋਗੀਆਂ ਨੂੰ ਕਾਫੀ ਮੁਸ਼ਕਿਲ ਹੋ ਰਹੀ ਹੈ। ਜਦ ਇਸ ਬਾਰੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾਕਟਰ ਸੁਰਿੰਦਰ ਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਮੰਨਿਆ ਕਿ ਕਾਰਡਿਕ ਸਰਜਨ, ਡਾਕਟਰ ਅਤੇ ਟੈਕਨੀਕਲ ਸਟਾਫ ਦੀ ਕਮੀ ਕਾਰਨ ਇਹ ਕੈਟ ਲੈਬ ਬੰਦ ਪਈ ਹੈ। ਇਸ ਸਟਾਫ ਦੀ ਭਰਤੀ ਲਈ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਜੇਕਰ ਗੁਰੂ ਨਾਨਕ ਦੇਵ ਹਸਪਤਾਲ ਦੇ ਕਾਰਡੀਓਲੋਜੀ ਵਿਭਾਗ 'ਚ ਲੱਗੀ ਕੈਟ ਲੈਬ ਸ਼ੁਰੂ ਹੁੰਦੀ ਹੈ ਤਾਂ ਲੋਕਾਂ ਦੇ ਦਿਲ ਦੇ ਪ੍ਰੋਸੀਜਰਸ PGI ਦੇ ਰੇਟਾਂ ਤੋਂ ਹੋ ਸਕਣਗੇ, ਜੋ ਪ੍ਰਾਈਵੇਟ ਹਸਪਤਾਲਾਂ ਨਾਲੋਂ ਕਾਫੀ ਘੱਟ ਹੋਣਗੇ। ਕੈਥ ਲੈਬ ਤਾਂ ਸਾਡੀ ਲੇਟੈਸਟ ਮਾਡਲ ਹੈ, ਪਰ ਸਾਡੇ ਕੋਲ ਸਟਾਫ ਦੀ ਕਾਫੀ ਕਮੀ ਹੈ ਅਤੇ ਉਹਦੇ ਸਟਾਫ ਦਾ ਇੰਤਜ਼ਾਮ ਵਾਸਤੇ ਸਰਕਾਰ ਨੂੰ ਲਿਖਿਆ ਗਿਆ, ਜਦ ਉਹ ਸਟਾਫ ਪੂਰਾ ਹੋ ਜਾਏਗਾ ਅਤੇ ਟੈਕਨੀਕਲ ਸਟਾਫ ਹੈ ਉਹ ਆਮ ਨਹੀਂ ਅਵੇਲੇਬਲ ਹੈ ਤਾਂ ਉਹ ਕੈਥ ਲੈਬ ਚੱਲ ਪਏ। ਰੇਟ ਤਾਂ ਫਿਕਸ ਕਰਨਾ ਸਰਕਾਰ ਦਾ ਕੰਮ ਹੈ, ਉਹ ਬਾਅਦ ਦੀ ਗੱਲ, ਉਹ ਬਾਹਰ ਪ੍ਰਾਈਵੇਟ ਨਾਲੋਂ ਤਾਂ ਅੱਧੋ ਅੱਧ ਹੋ ਜਾਏਗਾ, ਪਰ ਗੱਲ ਇਹ ਕਿ ਸਾਡੇ ਕੋਲ ਸੁਪਰ ਸਪੈਸ਼ਲਿਸਟ ਦੀ ਬਹੁਤ ਕਮੀ ਹੈ ਅਤੇ ਹਾਂ ਕਾਰਡੀਓਲੋਜਿਸਟ ਹੋਰ ਹੋਣੇ ਚਾਹੀਦੇ ਆ, ਕਾਰਡੀਕ ਸਰਜਨ ਹੋਣੇ ਚਾਹੀਦੇ ਨੇ, ਕਾਰਡੀਓਥਰੈਸਿਕ ਸਰਜਨ ਹੋਣਾ ਚਾਹੀਦਾ, ਉਹਨਾਂ ਇਸ ਵੇਲੇ ਕੋਈ ਨਹੀਂ ਹੈ। ਅਸੀਂ ਸਾਰੇ ਸੁਪਰ ਸਪੈਸ਼ਲਿਟੀਆਂ ਦੇ ਵਾਸਤੇ ਬੇਨਤੀ ਕੀਤੀ ਹੈ, ਸਰਕਾਰ ਵੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਛੇਤੀ ਛੇਤੀ ਟੈਕਨੀਕਲ ਸਟਾਫ ਜਿਹੜਾ ਭਰਿਆ ਜਾਏ ਤਾਂ ਕਿ ਸਾਰੀਆਂ ਸੁਪਰ ਸਪੈਸ਼ਲਿਟੀਆਂ ਚਲਾਈਆਂ ਜਾ ਸਕਣ। ਇੰਸਟਾਲ ਹੋਏ ਨੂੰ ਤਾਂ 2 ਸਾਲ ਹੋ ਗਏ, ਪਰ ਪਿਛਲੇ ਦਿਨਾਂ 'ਚ ਅਸੀਂ ਇਹਨੂੰ ਕੰਪਨੀ ਦੀ ਸਹਾਇਤਾ ਦੇ ਨਾਲ ਚਲਾ ਲਿੱਤਾ ਸੀਗਾ, ਚਲਾਉਣ 'ਤੇ 2-3 ਕੇਸ ਵੀ ਕੀਤੇ ਹੈਗੇ ਆ, ਪਰ ਅਲਟੀਮੇਟਲੀ ਉਸ ਵੇਲੇ ਤਾਂ ਕੰਪਨੀ ਨੇ ਸਾਨੂੰ ਟੈਕਨੀਕਲ ਸਟਾਫ ਪ੍ਰੋਵਾਈਡ ਕਰ ਦਿੱਤਾ ਸੀ, ਪਰ ਉਹਦੇ ਬਾਅਦ ਹੁਣ ਫਿਰ ਟੈਕਨੀਕਲ ਸਟਾਫ ਦੀ ਸਾਨੂੰ ਕਮੀ ਹੋਣ ਕਰਕੇ ਉਹ ਬੰਦ। ਸਾਡੇ ਕੋਲ ਸਟਰੈਂਥਨਿੰਗ ਵਾਸਤੇ ਇਹ ਕੈਥ ਲੈਬ ਕੰਮ ਪੂਰੀ ਫੁੱਲ ਫਲੈਸ਼ ਕੈਥ ਲੈਬ, ਅਤੇ ਕਾਰਡੀਅਕ ਸਰਜਨ ਬਾਈਪਾਸ ਵਾਸਤੇ ਚਾਹੀਦਾ, ਉਹ ਦੀ ਅਵੇਲੇਬਿਲਿਟੀ ਨਹੀਂ ਹੈ। ਸਰਕਾਰ ਵੀ ਐਡਵਰਟਾਈਜਮੈਂਟ ਦਿੰਦੀ ਰਹਿੰਦੀ ਹੈ ਅਤੇ ਉਹ ਛੇਤੀ ਹੋ ਜਾਏਗਾ, ਸਰਕਾਰ ਦੂਸਰੇ ਪਾਸੇ ਸੋਚ ਰਹੀ ਕਿ ਇਹਨਾਂ ਨੂੰ ਆਊਟਸੋਰਸ ਕਰ ਦਿੱਤਾ ਜਾਵੇ, ਉਹ ਵੀ ਚੱਲ ਰਹੀ ਹੈ ਗੱਲਬਾਤ, ਅਤੇ ਛੇਤੀ ਛੇਤੀ ਸ਼ਾਇਦ ਨਾਲ ਦੀ ਘੜੀ ਤਾਂ ਬੰਦ ਹੈ ਕਿ ਟੈਕਨੀਕਲ ਸਟਾਫ ਨਾ ਹੋਣ ਕਰਕੇ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹੋਸਪਿਟਲ 'ਚ ਅਤੇ ਕਾਰਡੀਓਲੋਜੀ ਡਿਪਾਰਟਮੈਂਟ 'ਚ 1.5 ਸਾਲ ਪਹਿਲਾਂ ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਦੀ ਲਾਗਤ ਨਾਲ ਕੈਥ ਲੈਬ ਲਗਾਈ ਸੀ, ਪਰ ਕੁਝ ਦਿਨ ਚੱਲਣ ਤੋਂ ਬਾਅਦ ਸਟਾਫ ਦੀ ਕਮੀ ਕਾਰਨ ਇਹ ਜਿਹੜੀ ਕੈਥ ਲੈਬ ਹੈ ਬੰਦ ਪਈ ਹੈ। ਲੋਕਾਂ ਦਾ ਆਖਣਾ ਹੈ ਕਿ ਦਿਲ ਦੇ ਰੋਗਾਂ ਦਾ ਜੇਕਰ ਇਲਾਜ ਪ੍ਰਾਈਵੇਟ ਹੋਸਪਿਟਲ 'ਚ ਕਰਾਇਆ ਜਾਵੇ ਤਾਂ ਕਾਫੀ ਪੈਸੇ ਲੱਗਦੇ ਨੇ, ਜੇਕਰ ਪੰਜਾਬ ਸਰਕਾਰ ਇਸ ਕੈਥ ਲੈਬ ਨੂੰ ਦੁਬਾਰਾ ਸ਼ੁਰੂ ਕਰੇ ਤਾਂ ਇੱਥੇ ਜਿਹੜਾ ਰੇਟ ਹੈ ਉਹ PGI ਲੈਵਲ ਦਾ ਲਗਾਇਆ ਜਾਵੇਗਾ ਤਾਂ ਕਿ ਰੇਟ ਕਾਫੀ ਘੱਟ ਹੋਵੇਗਾ। ਹੁਣ ਲੋਕਾਂ ਦੀ ਡਿਮਾਂਡ ਹੈ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਕੈਥ ਲੈਬ ਲਗਾਈ ਗਈ ਹੈ ਤਾਂ ਇਸ ਕੈਥ ਲੈਬ ਲਈ ਟੈਕਨੀਸ਼ੀਅਨਸ ਅਤੇ ਮਾਹਿਰ ਡਾਕਟਰ ਦੀ ਭਰਤੀ ਜਲਦ ਤੋਂ ਜਲਦ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਇਸ ਦਾ ਕਾਫੀ ਫਾਇਦਾ ਹੋ ਸਕੇ। ਕੈਮਰਾਮੈਨ ਨਿਸ਼ ਕੁਮਾਰ, ਸੰਦੀਪ ਸਿਆਲ, ਫਸਟ ਨਿਊਜ਼, ਅੰਮ੍ਰਿਤਸਰ।